ਨਮਸਕਾਰ, ਲਾਈਵ ਨਿਊਜ਼ ਚੈਨਲ ਤੋਂ ਮੈਂ ਅਸ਼ੋਕ ਦੁੱਗਲ। ਅੱਜ ਮਿਤੀ 4 ਅਗਸਤ 2020 ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਨਵਾਂਸ਼ਹਿਰ ਵਿਖੇ ਪੰਜਾਬ ਸਰਕਾਰ ਨੂੰ ਭੰਗ ਕਰਨ ਲਈ ਮਾਨਯੋਗ DC ਸਾਹਿਬ ਰਾਹੀਂ ਮਾਨਯੋਗ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸੰਬੰਧੀ ਸਾਡੇ ਚੈਨਲ ਨਾਲ ਗੱਲਬਾਤ ਕਰਦਿਆਂ ਡਾਕਟਰ ਨਛੱਤਰਪਾਲ ਜੋਨ ਸਕੱਤਰ ਪੰਜਾਬ ਨੇ ਕਿਹਾ ਕਿ ਇਸ ਸਮੇਂ ਜੋ ਸਮੇਂ ਦੀ ਮੌਜੂਦਾ ਸਰਕਾਰ ਹੈ ਜੋ ਕਿ ਪੰਜਾਬ ਚਲਾਉਣ ਲਈ ਫੇਲ ਹੋ ਰਹੀ ਹੈ। ਪਿਛਲੇ ਦਿਨੀਂ ਜਿਹੜੀਆਂ ਨਸ਼ੀਲੀ ਸ਼ਰਾਬ ਪੀਣ ਕਾਰਨ ਲਗਭਗ 100 ਤੋਂ ਜ਼ਿਆਦਾ ਮੌਤਾਂ ਹੋਈਆਂ ਅਤੇ 100 ਤੋਂ ਜ਼ਿਆਦਾ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਪੰਜਾਬ ਸਰਕਾਰ ਹਰ ਪੱਖੋਂ ਫੇਲ ਹੋ ਰਹੀ ਹੈ। ਮਾਨਯੋਗ ਰਾਜਪਾਲ ਜੀ ਨੂੰ ਬੇਨਤੀ ਕੀਤੀ ਕਿ ਪੰਜਾਬ ਵਿੱਚ ਰਾਸ਼ਟਰੀ ਰਾਜ ਲਿਆਂਦਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ। ਦੇਖਦੇ ਹਾਂ ਪੱਤਰਕਾਰ ਮਨਦੀਪ ਦੁੱਗਲ, ਕੈਮਰਾਮੈਨ ਬਲਕਾਰ ਸਿੰਘ ਭਾਲਟਾ ਦੀ ਨਵਾਂਸ਼ਹਿਰ ਤੋਂ ਰਿਪੋਰਟ। ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਮਾਨਯੋਗ DC ਸਾਹਿਬ ਰਾਹੀਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਦਿੱਤੇ ਆ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਅੱਜ ਦੇ ਪੰਜਾਬ ਨੂੰ ਚਲਾਉਣ ਲਈ ਫੇਲ ਹੋ ਰਹੀ ਹੈ। ਪਿਛਲੇ ਦਿਨਾਂ 'ਚ ਜਿਹੜੀਆਂ ਸ਼ਰਾਬ ਦੇ ਨਾਲ ਲਗਭਗ 100 ਤੋਂ ਜ਼ਿਆਦਾ ਮੌਤਾਂ ਹੋਈਆਂ ਔਰ 100 ਤੋਂ ਜ਼ਿਆਦਾ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਗਈ ਔਰ ਪੰਜਾਬ ਦੇ ਅੰਦਰ ਅਫਸਰਾਂ ਦਾ ਔਰ ਰਾਜਨੀਤਿਕ ਲੋਕਾਂ ਦਾ ਅਜਿਹਾ ਗੱਠਜੋੜ ਹੈ ਜਿਹੜਾ ਪੰਜਾਬ ਦੇ ਅੰਦਰ ਜਿਹੜਾ ਹਰੇਕ ਮਾਫੀਆ, ਚਾਹੇ ਸ਼ਰਾਬ ਮਾਫੀਆ, ਚਾਹੇ ਭੂ ਮਾਫੀਆ, ਚਾਹੇ ਜਿਹੜਾ ਉਹ ਮਾਫੀਆ ਟਰਾਂਸਪੋਰਟ ਦਾ ਆ, ਉਹ ਵੱਡੇ ਪੱਧਰ 'ਤੇ ਜਿਹੜਾ ਡਿਵੈਲਪ ਹੈ ਉਹ ਲੋਕਾਂ ਦੀ ਲੁੱਟਮਾਰ ਕਰ ਰਿਹਾ। ਪੰਜਾਬ ਦੇ ਅੰਦਰ SC BC ਪੋਸਟ ਮੈਟ੍ਰਿਕ ਸਕੋਲਰਸ਼ਿਪ ਬੰਦ ਹੈ, ਬਿਜਲੀ ਦੇ ਬਿੱਲਾਂ 'ਚ ਵਾਧਾ ਹੋ ਗਿਆ, ਪੈਟਰੋਲ ਡੀਜ਼ਲ 'ਚ ਵਾਧਾ ਹੋ ਗਿਆ ਔਰ ਜਿਹੜਾ COVID-19 ਦੇ ਅੰਦਰ ਜਿਹੜਾ ਰਾਸ਼ਨ ਦੀ ਵੰਡ ਸੀ ਉਹ ਪ੍ਰੋਪਰ ਲੋਕਾਂ ਤੱਕ ਨਹੀਂ ਪਹੁੰਚੀ। 6ਵਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ ਔਰ ਜਿਹੜੇ ਨਿਰਦੋਸ਼ ਲੋਕ ਆ ਉਹਨਾਂ ਨੂੰ UAPA ਦੇ ਅੰਦਰ ਬੰਦ ਕੀਤਾ ਜਾ ਰਿਹਾ ਔਰ ਪੰਜਾਬ ਦੇ ਅੰਦਰ ਜਿਹੜਾ BC ਦਾ SC ਦਾ ਬੈਕਲੌਗ ਆ ਉਹ ਪੂਰਾ ਨਹੀਂ ਕੀਤਾ ਜਾ ਰਿਹਾ। ਪੰਚਾਇਤੀ ਜ਼ਮੀਨਾਂ ਦਾ 33% ਹਿੱਸਾ ਜਿਹੜਾ ਗਰੀਬ ਲੋਕਾਂ ਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਔਰ ਪੰਜਾਬ ਦੇ ਅੰਦਰ ਟੋਲ ਟੈਕਸ ਲਾ ਕੇ ਲੋਕਾਂ ਦੇ ਨਾਲ ਜਿਹੜਾ ਜਬਰੀ ਟੈਕਸ ਉਗਰਾਇਆ ਜਾ ਰਿਹਾ ਔਰ ਮਹਿੰਗਾਈ ਜਿਹੜੀ ਬਹੁਤ ਵੱਧ ਰਹੀ ਹੈ। ਲੋਕ ਜਿਹੜੇ ਬੇਰੁਜ਼ਗਾਰ ਹੈ, ਲੋਕ ਕੋਆਪਰੇਟਿਵ ਅਦਾਰਿਆਂ ਦੇ ਜਿਹੜੇ ਵਿਆਜ ਆ ਉਹ ਲੋਕਾਂ ਦੇ ਉੱਤੇ ਜ਼ਿਆਦਾ ਪਾ ਕੇ ਲੋਕਾਂ ਤੋਂ ਧੱਕੇ ਨਾਲ ਜਿਹੜੀਆਂ ਕਿਸ਼ਤਾਂ ਵਸੂਲੀਆਂ ਜਾ ਰਹੀਆਂ, ਇਹਨਾਂ ਮੰਗਾਂ ਦੇ ਖਿਲਾਫ਼, ਇਹਨਾਂ ਡਿਮਾਂਡ ਦੇ ਲਈ ਅੱਜ ਪੰਜਾਬ ਸਰਕਾਰ ਦੇ ਖਿਲਾਫ਼ ਜਿਹੜਾ ਅੱਜ ਬਹੁਜਨ ਸਮਾਜ ਪਾਰਟੀ ਨੇ ਪੂਰੇ ਪੰਜਾਬ ਦੇ ਅੰਦਰ ਮਾਨਯੋਗ DC ਸਾਹਿਬ ਰਾਹੀਂ ਗਵਰਨਰ ਨੂੰ ਮੈਮੋਰੈਂਡਮ ਦਿੱਤੇ ਆ ਕਿ ਪੰਜਾਬ ਦੀ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਆ। ਉਹ ਉਹਨਾਂ ਨੂੰ ਉਹਨਾਂ ਦਾ ਕੋਈ ਜਿਹੜਾ ਦਾਇਤਵ ਨਹੀਂ ਬਣਦਾ ਪੰਜਾਬ ਸਰਕਾਰ ਚਲਾਉਣ ਦਾ ਔਰ ਮਾਨਯੋਗ ਗਵਰਨਰ ਸਾਹਿਬ ਪੰਜਾਬ ਦੀ ਸਰਕਾਰ ਨੂੰ ਬਰਖਾਸਤ ਕਰਨ ਔਰ ਰਾਸ਼ਟਰਪਤੀ ਰਾਜ ਲਾਗੂ ਕਰਾਉਣ ਤਾਂ ਜੋ ਜਿਹੜਾ ਲੋਕਾਂ ਦਾ ਭਲਾ ਹੋ ਸਕੇ। ਸਾਰਿਆਂ ਦਾ ਧੰਨਵਾਦ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।